ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਪੰਜਾਬ ਵੈਦਰ TV ਵਿੱਚ ਤੇ ਲੈ ਕੇ ਹਾਜ਼ਰ ਹੋਏ ਹਾਂ ਜੀ ਇਸ ਵੇਲੇ ਦੀ ਸਭ ਤੋਂ ਵੱਡੀ ਖਬਰ ਹੁਣੇ-ਹੁਣੇ ਕੈਨੇਡਾ ਤੋਂ ਆਈ ਏ ਮਾੜੀ ਖਬਰ 28 ਦਿਨਾਂ ਲਈ ਹੋ ਗਿਆ ਇਹ ਐਲਾਨ ਤਾਂ ਦੋਸਤੋ ਵੀਡੀਓ ਨੂੰ ਪੂਰੀ ਅੰਤ ਤੱਕ ਦੇਖਿਓ ਤਾਂ ਜੋ ਤੁਹਾਨੂੰ ਪੂਰੀ ਖਬਰ ਦੀ ਜਾਣਕਾਰੀ ਪ੍ਰਾਪਤ ਹੋ ਸਕੇ ਤੇ ਨਾਲ ਹੀ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਸ਼ੇਅਰ ਕਰਨਾ ਨਾ ਭੁੱਲਿਓ ਕੈਨੇਡਾ ਦੇ ਵਿੱਚ ਵੀ ਗ੍ਰੀਕਾ ਕਰੋਨਾ ਵਾਇਰਸ ਦੀ ਲਹਿਰ ਤੋਂ ਆਪਣੇ ਦੇਸ਼ ਵਾਸੀ ਨੂੰ ਬਚਾਉਣ ਲਈ ਅਹਿਮ ਕਦਮ ਚੁੱਕੇ ਜਾ ਰਹੇ ਹਨ ਤੇ ਇਸੇ ਕਾਰਨ ਹੀ ਕੈਨੇਡਾ ਦੇ ਸੂਬੇ Ontario ਵਿੱਚ ਲਾਕਡਾਊਨ ਪ੍ਰਕਿਰਿਆ ਨੂੰ ਇੱਕ ਵਾਰ ਮੁੜ ਤੋਂ ਦੁਹਰਾਇਆ ਜਾ ਰਿਹਾ ਹੈ ਤੇ ਇਸ ਦੌਰਾਨ ਪੂਰਨ ਤੌਰ ਤੇ ਉੱਤੇ ਇਸ ਪ੍ਰਕਿਰਿਆ ਉੱਪਰ ਅਮਲ ਕੀਤਾ ਜਾਵੇਗਾ ਦੱਸਦੀ ਹੈ ਕਿ ਇਹ ਲਾਕਡਾਊਨ 26 ਦਸੰਬਰ ਤੋਂ Ontario ਸੂਬੇ ਦੇ ਵਿੱਚ ਲਗਾਇਆ ਜਾ ਰਿਹਾ ਹੈ ਤੇ ਇਸ ਗੱਲ ਦਾ ਐਲਾਨ ਸੂਬੇ ਦੇ ਮੇਅਰ ਡਾਕਪੋਰਟ ਨੇ ਕੀਤਾ ਹੈ ਤੇ ਜਿੱਥੇ ਉਹਨਾਂ ਨੇ ਆਖਿਆ ਹੈ ਕਿ ਤਾਲਾਬੰਦੀ ਦੀ ਪ੍ਰਕਿਰਿਆ ਨੂੰ ਇੱਕ ਵਾਰ ਮੁੜ ਤੋਂ ਦੁਹਰਾਉਣ ਦਾ ਕਾਰਨ ਕਰੋਨਾ ਦੀ ਦੂਜੀ ਲਹਿਰ ਤੋਂ ਦੇਸ਼ ਵਾਸੀਆਂ ਨੂੰ ਬਚਾਉਣਾ ਹੈ ਤੇ ਪ੍ਰੀਮੀਅਮ ਵੱਲੋਂ ਦੱਸੇ ਗਏ ਅਨੁਸਾਰ ਇਹ ਲਾਕਡਾਊਨ 26 ਦਸੰਬਰ ਦੀ ਰਾਤ 12:00 ਵਜੇ ਤੋਂ ਲੈ ਕੇ ਸ਼ੁਰੂ ਕੀਤਾ ਜਾਵੇਗਾ ਤੇ ਪੂਰੇ 28 ਦਿਨ ਦਾ ਚੱਲੇਗਾ ਤੇ 23 ਜਨਵਰੀ 2000 21 ਤੱਕ ਲਾਗੂ ਰਹੇਗਾ ਜਿਕਰ ਜੋਗਾ ਕਿ ਤਾਲਾਬੰਦੀ অন্ਟਾਰੀਓ ਸੂਬੇ ਦੇ ਉੱਤਰੀ ਇਲਾਕੇ 14 ਦਿਨਾਂ ਵਾਸਤੇ ਤੇ ਦੱਖਣੀ ਇਲਾਕੇ ਵਿੱਚ 28 ਦਿਨਾਂ ਵਾਸਤੇ ਕੀਤੀ ਗਈ ਹੈ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਕੈਨੇਡਾ ਦੇ ਜਿਹੜੇ ਪੰਜਾਬ ਵਾਸੀ ਹਨ ਉਹਨਾਂ ਨੂੰ ਇਹ ਵੱਡੀ ਖਬਰ ਦੀ ਜਾਣਕਾਰੀ ਪ੍ਰਾਪਤ ਹੋ ਸਕੇ ਧੰਨਵਾਦ